एहो मन सुंदर आपना, हर नाम मजीठै रंगरी, त्याग स्यान पचातरी, तू जान गोपालै संगरी रहाओ। ये शब्द पंचम पातशाह श्री गुरु अर्जन देव जी महाराज जी का उचारिया होया शब्द है। गुरु ग्रंथ साहिब जी दे अंक नंबर 400 दे उत्ते सुभायमान है और आसा राग दे विच गुरु अर्जन देव जी महाराज ने यह शब्द उचारिया है। जिवें असीं जानते हाँ कि गुरबाणी दे विच पति पत्नी नूं उदाहरण लैके बहुत सारिया चीज़ां समझाईयां गईयां हन, क्योंकि पति पत्नी का वर्तारा आम जीवन विच वेखण नूं मिलता है। पति पत्नी का आपस दे विच प्रेम भी वेखण नूं मिलता है, तो इस करके ये उदाहरण जिहड़ी है वार वार शब्दां दे विच लई जांदी है ਤਾਂ ਜੋ ਸਾਨੂੰ ਸੌਖਿਆ ਤਰੀਕੇ ਨਾਲ ਸਮਝ ਲੱਗ ਸਕੇ। ਅਤੇ ਗੁਰਬਾਣੀ ਦੇ ਵਿੱਚ ਦੂਸਰੀ ਗੱਲ ਇਹ ਕੀਤੀ ਗਈ ਹੈ ਕਿ ਇਸ ਮਨੁੱਖ ਨੂੰ ਇਸਤਰੀ ਦੇ ਰੂਪ ਵਿੱਚ ਲਿਆ ਗਿਆ ਹੈ ਅਤੇ ਪਰਮਾਤਮਾ ਨੂੰ ਪਤੀ ਦੇ ਰੂਪ ਦੇ ਵਿੱਚ ਲਿਆ ਗਿਆ ਹੈ। ਅਤੇ ਗੁਰੂ ਅਰਜਨ ਦੇਵ ਜੀ ਮਹਾਰਾਜ ਇਸ ਸ਼ਬਦ ਦੇ ਵਿੱਚ ਵੀ ਪਤੀ ਪਤਨੀ ਦੀ ਉਦਾਹਰਣ ਲੈ ਕੇ ਸਾਨੂੰ ਸਮਝਾਉਣਾ ਕਰਦੇ ਹਨ ਕਿ ਅਸੀਂ ਕਿਸ ਤਰ੍ਹਾਂ ਜਿਹੜਾ ਹੈ ਅੱਛੇ ਗੁਣ ਅਪਣਾਉਣੇ ਹਨ ਤਾਂ ਜੋ ਪਰਮਾਤਮਾ ਸਾਨੂੰ ਪ੍ਰੇਮ ਕਰੇ, ਪਰਮਾਤਮਾ ਸਾਨੂੰ ਗੱਲ ਨਾਲ ਲਾਵੇ। ਰਹਾਉ ਦੀਆਂ ਪੰਗਤੀਆਂ ਦੇ ਵਿੱਚ ਗੁਰੂ ਸਾਹਿਬ ਫਰਮਾਨ ਕਰਦੇ ਨੇ, ਇਹੋ ਮਨ ਸੁੰਦਰ ਆਪਣਾ ਹਰ ਨਾਮ ਮਜੀਠੈ ਰੰਗਰੀ, ਵੀ ਇਹ ਜਿਹੜਾ ਤੇਰਾ ਮਨ ਹੈ, ਕਿਉਂਕਿ ਸਾਰਾ ਕੁਛ ਮਨ ਹੀ ਹੈ, ਮਨ ਚੰਗੇ ਕਰਮ ਵੀ ਕਰਦਾ ਹੈ, ਮਨ ਮਾੜੇ ਕਰਮ ਵੀ ਕਰਵਾਉਂਦਾ ਹੈ। ਪਰ ਜੇ ਅਸੀਂ ਚਾਹੁੰਦੇ ਹਾਂ ਕਿ ਅਸੀਂ ਚੰਗੇ ਕਰਮ ਕਰੀਏ, ਜਾਂ ਸਾਡਾ ਇਹ ਨਿਸ਼ਾਨਾ ਹੈ ਕਿ ਪ੍ਰਭੂ ਪਰਮਾਤਮਾ ਸਾਨੂੰ ਪ੍ਰੇਮ ਕਰੇ, ਸਾਨੂੰ ਗੱਲ ਨਾਲ ਲਾਵੇ, ਸਾਨੂੰ ਆਪਣੇ ਨੇੜੇ ਆਪਣੇ ਚਰਨਾਂ ਦੇ ਵਿੱਚ ਢੁਕਣ ਦੇਵੇ, ਤਾਂ ਸਾਨੂੰ ਫਿਰ ਚੰਗੇ ਗੁਣ ਅਪਣਾਉਣੇ ਪੈਣਗੇ। ਅਤੇ ਗੁਰੂ ਅਰਜਨ ਦੇਵ ਜੀ ਮਹਾਰਾਜ ਫਰਮਾਨ ਕਰਦੇ ਨੇ ਕਿ ਇਹੋ ਮਨ ਸੁੰਦਰ ਆਪਣਾ ਹਰ ਨਾਮ ਮਜੀਠਾ ਰੰਗਰੀ, ਕਿ ਇਹ ਜਿਹੜਾ ਤੇਰਾ ਮਨ ਹੈ ਨਾ, ਇਹਨੂੰ ਪ੍ਰਭੂ ਦੇ ਮਜੀਠੇ ਰੰਗ ਦੇ ਨਾਲ। ਮਜੀਠਾ ਰੰਗ ਕਿਹੜਾ ਹੁੰਦਾ ਹੈ? ਜਿਹੜਾ ਪੱਕਾ ਰੰਗ ਹੁੰਦਾ ਹੈ, ਜਿਹੜਾ ਧੋਤਿਆਂ ਉਤਰਦਾ ਨਹੀਂ ਹੈ, ਜਿਹੜਾ ਪਰਮਾਨੈਂਟ ਹੁੰਦਾ ਹੈ, ਪੱਕਿਆਂ ਤੌਰ 'ਤੇ ਰੰਗ ਜਿਹੜਾ ਚੜ ਜਾਂਦਾ ਹੈ, ਉਹਨੂੰ ਮਜੀਠਾ ਰੰਗ ਕਿਹਾ ਜਾਂਦਾ ਹੈ। ਅਤੇ ਗੁਰੂ ਸਾਹਿਬ ਫਰਮਾਨ ਕਰਦੇ ਨੇ ਕਿ ਅਸੀਂ ਆਪਣੇ ਮਨ ਨੂੰ ਉਹ ਪ੍ਰਭੂ ਦੇ ਪ੍ਰੇਮ ਵਾਲਾ ਜਿਹੜਾ ਰੰਗ ਹੈ, ਜਿਹੜਾ ਮਜੀਠਾ ਰੰਗ ਹੈ, ਉਹ ਆਪਣੇ ਮਨ ਨੂੰ ਚੜ੍ਹਾਉਣਾ ਹੈ। ਤਿਆਗ ਸਿਆਨ ਪਚਾਤਰੀ, ਤੂੰ ਜਾਨ ਗੋਪਾਲੈ ਸੰਗਰੀ। ਗੁਰੂ ਸਾਹਿਬ ਫਰਮਾਨ ਕਰਦੇ ਨੇ ਕਿ ਜਿਹੜੀਆਂ ਤੂੰ ਸਿਆਣਪਾਂ ਕਰਦਾ ਹੈ, ਜਾਂ ਆਪਣੇ ਆਪ ਨੂੰ ਬੜਾ ਸਿਆਣਾ ਸਮਝਦਾ ਹੈ, ਜਾਂ ਤੂੰ ਬੜੀਆਂ ਚਲਾਕੀਆਂ ਕਰਦਾ ਹੈ, ਚਤੁਰਾਈਆਂ ਕਰਦਾ ਹੈ, ਭਾਵ ਕਿ ਅੰਦਰੋਂ ਤੂੰ ਕੁਛ ਹੋਰ ਹੈ, ਬਾਹਰੋਂ ਤੂੰ ਕੁਛ ਹੋਰ ਵਰਤਾਓ ਕਰਦਾ ਹੈ, ਗੁਰੂ ਸਾਹਿਬ ਕਹਿੰਦੇ ਨੇ ਕਿ ਇਹਨੂੰ ਤਿਆਗ ਦੇ। ਤਿਆਗ ਸਿਆਣਪ ਚਾਤਰੀ, ਕਿਉਂ? ਤੂੰ ਜਾਨ ਗੋਪਾਲੈ ਸੰਗਰੀ, ਤੂੰ ਇਹ ਸਮਝ ਲੈ ਕਿ ਪਰਮਾਤਮਾ ਤੇਰੇ ਨਾਲ ਹੀ ਹੈ, ਤੂੰ ਅਸਲ ਦੇ ਵਿੱਚ ਕੀ ਹੈ, ਵਰਤਾਓ ਕੀ ਕਰ ਰਿਹਾ ਹੈ, ਉਹ ਪਰਮਾਤਮਾ ਸਭ ਵੇਖ ਰਿਹਾ ਹੈ, ਕਿਉਂਕਿ ਉਹ ਤੇਰੇ ਸੰਗ ਹੀ ਹੈ, ਉਹ ਤੇਰੇ ਨਾਲ ਹੀ ਹੈ, ਉਹ ਕਿਤੇ ਦੂਰ ਨਹੀਂ ਵਸਿਆ ਹੋਇਆ, ਜਾਂ ਕਿਤੇ ਹੋਰ ਬਿਜ਼ੀ ਨਹੀਂ ਹੈਗਾ, ਕਿਤੇ ਹੋਰ ਵਿਅਸਤ ਨਹੀਂ ਹੈਗਾ, ਕਿਤੇ ਹੋਰ ਰੁੱਝਿਆ ਹੋਇਆ ਨਹੀਂ ਹੈਗਾ, ਉਹ ਤੇਰੇ ਇੱਕ ਇੱਕ ਮਿੰਟ ਦੇ ਇੱਕ ਇੱਕ ਪਲ 'ਤੇ ਜੋ ਵੀ ਤੂੰ ਸੋਚ ਰਿਹਾ ਹੈ, ਜੋ ਵੀ ਤੂੰ ਕਰ ਰਿਹਾ ਹੈ, ਉਹ ਪਰਮਾਤਮਾ ਸਭ ਕੁਛ ਜਾਣਦਾ ਹੈ। ਇਸ ਕਰਕੇ ਤੂੰ ਆਪਣੀਆਂ ਇਹ ਸਿਆਣਪਾਂ, ਇਹ ਆਪਣੀਆਂ ਚਤੁਰਾਈਆਂ ਤੂੰ ਤਿਆਗ ਦੇ। ਅਤੇ ਗੁਰੂ ਸਾਹਿਬ ਸਾਨੂੰ ਤਰੀਕਾ ਦੱਸਦੇ ਨੇ ਕਿ ਕਿਸ ਤਰ੍ਹਾਂ ਦੇ ਕਰਮ ਕਰਕੇ ਅਸੀਂ ਆਪਣੇ ਮਨ ਦੇ ਉੱਤੇ ਮਜੀਠਾ ਰੰਗ ਚੜ੍ਹਾ ਸਕਦੇ ਹਾਂ। ਗੁਰੂ ਸਾਹਿਬ ਫਰਮਾਨ ਕਰਦੇ ਨੇ, ਸੰਤਾਂ ਕੀ ਹੋਏ ਦਾਸਰੀ, ਇਹੋ ਅਚਾਰਾ ਸਿੱਖ ਰੀ, ਸਗਲ ਗੁਣਾ ਗੁਣ ਉਤਮੋ, ਭਰਤਾ ਦੂਰ ਨਾ ਭੇਖਰੀ। ਕਹਿੰਦੇ ਕਿ ਇਹ ਸਿੱਖਣ ਦਾ ਇੱਕ ਤਰੀਕਾ ਹੈ ਕਿ ਤੂੰ ਸੰਤਾਂ ਦੀ ਦਾਸੀ ਬਣ ਕੇ ਰਹਿਣਾ ਹੈ, ਭਾਵ ਕਿ ਜੋ ਮਹਾਂਪੁਰਖ ਕਹਿੰਦੇ ਹਨ, ਮਹਾਂਪੁਰਖ ਕੌਣ ਹੁੰਦੇ ਹਨ? ਜਿਹੜੇ ਉਹ ਮਜੀਠੇ ਰੰਗ ਦੇ ਵਿੱਚ ਆਪ ਰੰਗੇ ਹੋਏ ਹਨ, ਜਿਨ੍ਹਾਂ ਨੇ ਉਹ ਚੰਗਿਆਈ ਵਾਲੇ ਗੁਣ ਧਾਰਨ ਕੀਤੇ ਹੋਏ ਹਨ, ਉਹਨਾਂ ਦੀ ਸੰਗਤ ਦੇ ਵਿੱਚ ਰਹਿਣਾ ਹੈ, ਉਹਨਾਂ ਦੀ ਦਾਸਰੀ ਬਣ ਕੇ ਰਹਿਣਾ ਹੈ, ਅਤੇ ਇਹ ਆਚਾਰਾ ਸਿੱਖ ਲੈ, ਇਹ ਤੂੰ ਆਪਣਾ ਚਾਲ ਚੱਲਣ ਬਣਾ ਲੈ, ਭਾਵ ਕਿ ਇਹ ਆਪਣਾ ਤੂੰ ਰੁਟੀਨ ਬਣਾ ਲੈ, ਇਹ ਸਿੱਖ ਲੈ ਕਿ ਸੰਤਾਂ ਕੀ ਹੋਏ ਦਾਸਰੀ, ਇਹੋ ਅਚਾਰਾ ਸਿੱਖਰੀ, ਸਗਲ ਗੁਣਾ ਗੁਣ ਉਤਮੋ,
ਭਰਤਾ ਦੂਰ ਨਾ ਭਿਖਰੀ ਕਿ ਉਹ ਪਰਮਾਤਮਾ ਜਿਹੜਾ ਹੈ ਉਹ ਸਾਰੇ ਗੁਣਾਂ ਤੋਂ ਉੱਤਮ ਹੈ ਅਤੇ ਤੂੰ ਉਹਨੂੰ ਦੂਰ ਨਾ ਜਾਣ ਭਰਤਾ ਦੂਰ ਨਾ ਭਿਖਰੀ ਭਾਵ ਤੂੰ ਇਹ ਨਾ ਸਮਝ ਕੇ ਪਰਮਾਤਮਾ ਬਹੁਤ ਦੂਰ ਹੈ ਉਹ ਤੇਰੇ ਅੰਗ ਸੰਗ ਹੀ ਹੈ ਅਤੇ ਜਦੋਂ ਅਸੀਂ ਇਹ ਮੰਨ ਲੈਂਦੇ ਹਾਂ ਕਿ ਪਰਮਾਤਮਾ ਸਾਡੇ ਅੰਗ ਸੰਗ ਹੀ ਹੈ ਅਤੇ ਅਸੀਂ ਕਦੇ ਵੀ ਮਾੜਾ ਕਰਮ ਕਰਨ ਬਾਰੇ ਨਹੀਂ ਸੋਚ ਸਕਦੇ ਅਤੇ ਗੁਰੂ ਸਾਹਿਬ ਫਿਰ ਅੱਗੇ ਸਾਨੂੰ ਸਮਝਾਉਣਾ ਕਰਦੇ ਹਨ ਭਰਤਾ ਕਹਿ ਸੋ ਮਾਨੀਐ ਇਹੋ ਸਿਗਾਰ ਬਣਾਏ ਰੀ ਕਹਿੰਦੇ ਕਿ ਜੋ ਪਰਮਾਤਮਾ ਕਹਿੰਦਾ ਹੈ ਉਹ ਹੀ ਅਸੀਂ ਮੰਨਣਾ ਹੈ ਜਿਵੇਂ ਔਰਤ ਬਹੁਤ ਵਧੀਆ ਸ਼ਿੰਗਾਰ ਕਰਦੀ ਹੈ ਉਹ ਕਿਉਂ ਸ਼ਿੰਗਾਰ ਕਰਦੀ ਹੈ ਕਿ ਪਤੀ ਉਸ ਦਾ ਵੇਖੇਗਾ ਅਤੇ ਉਹਨੂੰ ਪ੍ਰੇਮ ਕਰੇਗਾ ਇਸ ਕਰਕੇ ਉਹ ਸ਼ਿੰਗਾਰ ਕਰਦੀ ਹੈ ਤੋ ਇਸੇ ਤਰ੍ਹਾਂ ਜੇ ਅਸੀਂ ਚਾਹੁੰਦੇ ਹਾਂ ਕਿ ਪਰਮਾਤਮਾ ਸਾਡੇ 'ਤੇ ਖੁਸ਼ ਹੋਵੇ ਪਰਮਾਤਮਾ ਸਾਡੇ 'ਤੇ ਬਖਸ਼ਿਸ਼ਾਂ ਕਰੇ ਪਰਮਾਤਮਾ ਸਾਨੂੰ ਪ੍ਰੇਮ ਕਰੇ ਤਾਂ ਫਿਰ ਉਹ ਗੁਣ ਕਿਹੜਾ ਅਪਣਾਉਣਾ ਕਿਹੜਾ ਸ਼ਿੰਗਾਰ ਅਸੀਂ ਬਣਾਉਣਾ ਹੈ ਭਰਤਾ ਕਹਿ ਸੋ ਮਾਨੀਐ ਜੋ ਪਰਮਾਤਮਾ ਕਰਦਾ ਹੈ ਉਹਨੂੰ ਸਤ ਬਚਨ ਜਾਣਨਾ ਹੈ ਭਾਵ ਉਹਨੂੰ ਮਿੱਠਾ ਕਰਕੇ ਜਾਣਨਾ ਹੈ ਭਾਵ ਕਿ ਹੁਕਮ ਅੰਦਰ ਰਹਿਣਾ ਹੈ ਅਤੇ ਜੋ ਵੀ ਪਰਮਾਤਮਾ ਕਰਦਾ ਹੈ ਉਹਨੂੰ ਆਪਾਂ ਸੱਚ ਕਰਕੇ ਜਾਣਨਾ ਹੈ ਮਿੱਠਾ ਕਰਕੇ ਜਾਣਨਾ ਹੈ ਅਤੇ ਇਹ ਹੀ ਸਾਡਾ ਸ਼ਿੰਗਾਰ ਹੋਵੇਗਾ ਜਿਹੜੀ ਇਸਤਰੀ ਆਪਣੇ ਪਤੀ ਵਾਸਤੇ ਸ਼ਿੰਗਾਰ ਕਰਦੀ ਹੈ ਇਸੇ ਤਰ੍ਹਾਂ ਅਸੀਂ ਜਦੋਂ ਪਰਮਾਤਮਾ ਦੇ ਹੁਕਮ ਦੇ ਵਿੱਚ ਰਹਿੰਦੇ ਹਾਂ ਤਾਂ ਇਹ ਹੀ ਸਾਡਾ ਸ਼ਿੰਗਾਰ ਹੁੰਦਾ ਹੈ ਦੂਜਾ ਭਾਉ ਵਿਸਾਰੀਐ ਇਹੋ ਤੰਬੋਲਾ ਖਾਏ ਰੀ ਕਈ ਵਾਰੀ ਔਰਤ ਜਿਹੜੀ ਹੈ ਉਹ ਸ਼ਿੰਗਾਰ ਵੀ ਕਰਦੀ ਹੈ ਮੂੰਹ ਦੇ ਵਿੱਚ ਪਾਨ ਵਗੈਰਾ ਜਾਂ ਹੋਰ ਸੁਗੰਧੀਆਂ ਵਾਲੀਆਂ ਕੋਈ ਚੀਜ਼ਾਂ ਆਪਣੇ ਮੂੰਹ ਦੇ ਵਿੱਚ ਪਾਉਂਦੀ ਹੈ ਤਾਂ ਕਿ ਖੁਸ਼ਬੂਆਂ ਆਉਣ ਅਤੇ ਉਸ ਦਾ ਪਤੀ ਉਸ ਨੂੰ ਪ੍ਰੇਮ ਕਰੇਗਾ ਤੋ ਇਸੇ ਤਰ੍ਹਾਂ ਗੁਰੂ ਸਾਹਿਬ ਫਰਮਾਨ ਕਰਦੇ ਨੇ ਕਿ ਦੂਜਾ ਭਾਉ ਵਿਸਾਰੀਐ ਵੀ ਹੋਰ ਕਿਤੇ ਆਪਾਂ ਪ੍ਰੇਮ ਨਹੀਂ ਲਾਉਣਾ ਹੈਗਾ ਸਿਰਫ ਉਸ ਪਰਮਾਤਮਾ ਦੇ ਨਾਲ ਪ੍ਰੇਮ ਕਰਨਾ ਹੈ ਉਸ ਸੱਚੇ ਪਰਮਾਤਮਾ ਦੇ ਨਾਲ ਹੀ ਅਸੀਂ ਆਪਣਾ ਪ੍ਰੇਮ ਰੱਖਣਾ ਹੈ ਕਿਤੇ ਹੋਰ ਦੂਸਰੀ ਜਗ੍ਹਾ 'ਤੇ ਪ੍ਰੇਮ ਨਹੀਂ ਲਗਾਉਣਾ ਭਾਵ ਕਿ ਕੋਈ ਦੂਸਰਾ ਘਰ ਨਹੀਂ ਅਸੀਂ ਵੇਖਣਾ ਤੋ ਇਹ ਹੀ ਸਾਡਾ ਜਿਹੜਾ ਹੈ ਉਹ ਤੰਬੋਲਾ ਖਾਧਾ ਹੈ ਇਹ ਹੀ ਸਾਡੀਆਂ ਸੁਗੰਧੀਆਂ ਨੇ ਇਹੋ ਸਾਡਾ ਸ਼ਿੰਗਾਰ ਹੈ ਇਹੋ ਹੀ ਸਾਡਾ ਜਿਹੜਾ ਹੈ ਸੁਗੰਧੀਆਂ ਵਾਲਾ ਜਿਹੜਾ ਮਾਹੌਲ ਹੈ ਇਹ ਸਾਨੂੰ ਪਰਮਾਤਮਾ ਦੇ ਨੇੜੇ ਕਰੇਗਾ ਪਰਮਾਤਮਾ ਸਾਨੂੰ ਪ੍ਰੇਮ ਕਰੇਗਾ ਗੁਰ ਕਾ ਸ਼ਬਦ ਕਰ ਦੀਪਕੋ ਇਹ ਸਤ ਕੀ ਸੇਜ ਬਿਛਾਏ ਰੀ ਕਹਿੰਦੇ ਕਿ ਜਿਵੇਂ ਔਰਤ ਸ਼ਿੰਗਾਰ ਕਰਕੇ ਸੁਗੰਧੀਆਂ ਲਗਾ ਕੇ ਸੇਜ ਵਿਛਾ ਕੇ ਰੱਖਦੀ ਹੈ ਤਾਂ ਕਿ ਪਤੀ ਉਸਦਾ ਆਏਗਾ ਅਤੇ ਉਸ ਨੂੰ ਪ੍ਰੇਮ ਕਰੇਗਾ ਜੇ ਅਸੀਂ ਚਾਹੁੰਦੇ ਹਾਂ ਕਿ ਪਰਮਾਤਮਾ ਸਾਨੂੰ ਪ੍ਰੇਮ ਕਰੇ ਤਾਂ ਫਿਰ ਅਸੀਂ ਕੀ ਕਰਨਾ ਗੁਰ ਕਾ ਸ਼ਬਦ ਕਰ ਦੀਪਕੋ ਜਿਵੇਂ ਰਾਤ ਵੇਲੇ ਅਸੀਂ ਦੀਪਕ ਜਗਾਉਂਦੇ ਹਾਂ ਰੋਸ਼ਨੀ ਵਾਸਤੇ ਅਤੇ ਉਹ ਅਸੀਂ ਆਪਣੇ ਮਨ ਦੇ ਵਿੱਚ ਜਿਹੜਾ ਹੈ ਰੋਸ਼ਨੀ ਕਰਨੀ ਹੈ ਤਾਂ ਉਹਦੇ ਵਾਸਤੇ ਸਾਨੂੰ ਗੁਰੂ ਦੇ ਸ਼ਬਦ ਨੂੰ ਸਮਝਣਾ ਪਵੇਗਾ ਉਹਨੂੰ ਆਪਣੇ ਜੀਵਨ ਦੇ ਵਿੱਚ ਢਾਲਣਾ ਪਵੇਗਾ ਗੁਰ ਕਾ ਸ਼ਬਦ ਕਰ ਦੀਪਕੋ ਇਹ ਸਤ ਕੀ ਸੇਜ ਵਿਛਾਏ ਰੀ ਕਹਿੰਦੇ ਜਿਵੇਂ ਉਹ ਔਰਤ ਸੇਜ ਵਿਛਾਉਂਦੀ ਹੈ ਆਪਣੇ ਪਤੀ ਵਾਸਤੇ ਉਸੇ ਤਰ੍ਹਾਂ ਅਗਰ ਤੂੰ ਚਾਹੁੰਦਾ ਹੈ ਕਿ ਪਰਮਾਤਮਾ ਤੇਰੇ ਹਿਰਦੇ ਦੇ ਵਿੱਚ ਆ ਕੇ ਵਸੇ ਤਾਂ ਉੱਥੇ ਤੂੰ ਕੀ ਕਰਨਾ ਹੈ ਗੁਰੂ ਦੇ ਸ਼ਬਦ ਦਾ ਦੀਪਕ ਜਲਾਉਣਾ ਹੈ ਭਾਵ ਕਿ ਗੁਰੂ ਦੇ ਸ਼ਬਦ ਨੂੰ ਸਮਝਣਾ ਹੈ ਉਸ ਨੂੰ ਆਪਣੇ ਜੀਵਨ ਦੇ ਵਿੱਚ ਢਾਲਣਾ ਹੈ ਉਹੀ ਦੀਪਕ ਉਹੀ ਇੱਕ ਰੋਸ਼ਨੀ ਹੈ ਜਿਹੜਾ ਤੇਰਾ ਰਾਹ ਦਸੇਰਾ ਬਣੇਗਾ ਆਠ ਪਹਿਰ ਕਰ ਜੋੜ ਰਹੋ ਤਾਂ ਉਹ ਭੇਟੈ ਹਰ ਰਾਏ ਰੀ ਕਹਿੰਦੇ ਕਿ ਜਿਵੇਂ ਪਤਨੀ ਨੇ ਸ਼ਿੰਗਾਰ ਕੀਤਾ ਸੁਗੰਧੀਆਂ ਲਗਾਈਆਂ ਸੇਜ ਵਿਛਾਈ ਦੀਪਕ ਵੀ ਜਗਾਇਆ ਪਰ ਫਿਰ ਵੀ ਜਿਹੜਾ ਹੈ ਉਹ ਪਤੀ ਪਤਾ ਨਹੀਂ ਆਉਂਦਾ ਘਰ ਕੇ ਜਾਂ ਨਹੀਂ ਆਉਂਦਾ ਜਾਂ ਕਦੋਂ ਆਉਂਦਾ ਹੈ ਅਤੇ ਇਸੇ ਤਰ੍ਹਾਂ ਜਿਹੜਾ ਹੈ ਗੁਰੂ ਸਾਹਿਬ ਪਤੀ ਪਤਨੀ ਦੀ ਉਦਾਹਰਣ ਲੈ ਕੇ ਸਾਨੂੰ ਸਮਝਾਉਂਦੇ ਨੇ ਕਿ ਇਹ ਸਾਰੇ ਗੁਣ ਜਿਹੜੇ ਤੂੰ ਅਪਣਾ ਲੈਣਾ ਹੈ ਜਦੋਂ ਤੇਰਾ ਮਨ ਮਜੀਠੇ ਰੰਗ ਦੇ ਨਾਲ ਰੰਗਿਆ ਜਾਂਦਾ ਹੈ ਫਿਰ ਵੀ ਇਹ ਨਾ ਸੋਚ ਕੇ ਸ਼ਾਇਦ ਇੱਕਦਮ ਹੀ ਉਹ ਕਿਰਪਾ ਹੋ ਜਾਏਗੀ ਇੱਕਦਮ ਹੀ ਪਰਮਾਤਮਾ ਤੇਰੇ ਸਾਹਮਣੇ ਜਾਂ ਤੇਰੇ ਹਿਰਦੇ ਦੇ ਵਿੱਚ ਆ ਜਾਏਗਾ ਆਠ ਪਹਿਰ ਕਰ ਜੋੜ ਰਹੋ ਪਰ ਤੂੰ ਫਿਰ ਵੀ ਅਰਦਾਸੀਆ ਬਣ ਕੇ ਰਹਿਣਾ ਹੈ ਭਾਵ ਫਿਰ ਵੀ ਤੂੰ ਜਿਹੜਾ ਹੈ ਕਿ ਹੁਕਮ ਨਹੀਂ ਕਰ ਸਕਦਾ ਤੂੰ ਇਹ ਐਕਸਪੈਕਟ ਨਹੀਂ ਕਰ ਸਕਦਾ ਕਿ ਮੈਂ ਇੰਨਾ ਕੁਛ ਕਰ ਲਿਆ ਅਤੇ ਹੁਣ ਸ਼ਾਇਦ ਮੇਰੇ 'ਤੇ ਕਿਰਪਾ ਹੋ ਜਾਏਗੀ ਪਰਮਾਤਮਾ ਦੀ ਸ਼ਾਇਦ ਮੇਰੇ ਹਿਰਦੇ ਦੇ ਵਿੱਚ ਪਰਮਾਤਮਾ ਆ ਕੇ ਵੱਸ ਜਾਏਗਾ ਇਹ ਤਾਂ ਕਹਿੰਦੇ ਉਸ ਪਰਮਾਤਮਾ ਨੇ ਵੇਖਣਾ ਹੈ ਕਿ ਕਦੋਂ ਤੇਰਾ ਹਿਰਦਾ ਉਸ ਪਰਮਾਤਮਾ ਦੇ ਵਸਣ ਵਾਸਤੇ ਤਿਆਰ ਹੋ ਗਿਆ ਹੈ ਆਠ ਪਹਿਰ ਕਰ ਜੋੜ ਰਹੋ ਤਾਂ ਉਹ ਭੇਟੈ ਹਰ ਰਾਏ ਰੀ ਤੂੰ ਅਰਦਾਸੀਆ ਬਣ ਕੇ ਰਹਿ ਤੂੰ ਅਰਦਾਸ ਕਰਦਾ ਰਹਿ ਇਹ ਸਾਰੇ ਗੁਣ ਅਪਣਾ ਕੇ ਤਾਂ ਫਿਰ ਜਿਹੜਾ ਹੈਗਾ
परमात्मा जड़ा है उथे आके आपे वसेगा। तू परमात्मा नु हुक्म नहीं कर सकता जब परमात्मा नु ये नहीं कह सकता कि मैं कंडीशन पूरी कर लिया तो हुण जड़ा है परमात्मा मेरे हिरदे दे विच आके वस जावे। क्योंकि निमाणेपन का जीवन जड़ा है वह जीवांगे फिर ही परमात्मा जड़ा साढ़े हिरदे दे विच आके वसदा है। तिस ही चज सिगार सब साई रूप अपारी, कहते कि हुण जिन्हें ये सारे गुण अपना ले तो वो ही सब तो वधिया जड़ी है औरत बन गई, भाव कि वो ही हिरदा सब तो वधिया बन गया जिदे विच ये सारे गुण शामिल हो गए। जदों ये मन मजीठे रंग दे विच रंगिया गया, किस तरह रंगिया गया, जदों असी ये सारे गुण अपना लेंदे हाँ तो फिर वो तो सुंदर कुछ नहीं है, फिर यही सब तो वधिया शिंगार है, यही सब तो वधिया जड़ा है रूप है। तिस ही चज सिगार सब साई रूप अपारी, साई सुहागन नानका जो पाणी करतारी। तो गुरु साहब कहते कि यह सारा कुछ करके भी जड़ा है सुहागन कौन बनेगा, भाव कि किस दे मन दे विच परमात्मा आके वसेगा जो परमात्मा नू भावेगा, जो पाणी करतारी, जो परमात्मा नू भावेगा, जो परमात्मा नू चंगा लगेगा। क्योंकि असी कोशिशां ते सारे करते हाँ, असी सारे जने चाहते हाँ कि परमात्मा साडे हिरदे दे विच आके वसे, पर यह सारे गुण करके भी जड़ा है परमात्मा के हाथ विच ये फैसला रहिंदा है कि उसने किस दे हिरदे दे विच जाके वसना है। साई सुहागन नानका जो पाणी करतारी, जिथे परमात्मा आके वस जाता है, जोड़ा परमात्मा नू पा जाता है वो ही फिर सुहागन बनता है। सो इस शब्द नू असी अपने हिरदियां दे विच वसाईए, अपने जीवन दे विच जिहड़ा है इस नू लागू करिए कि असी परमात्मा नू अपने नाल ही समझिए। असी जो भी कर्म करते हाँ जां जो भी सोचते हाँ वो सब कुछ परमात्मा नू पता लग रहा है। तो गुरु साहब सानू सेध दिंदे ने, साडा दीपक बनदे ने, ते ये कहिंदे हन कि आ जिहड़े गुण हैगे ने तू अपनाएगा, इहदे नाल जिहड़ा है तेरा मन जिहड़ा है वह मजीठे रंग दे नाल रंगिया जाएगा।